ਤੁਸੀਂ ਬੀ ਫਾਰਮੇਸੀ ਕੀਤੀ ਹੈ, ਡੀ ਫਾਰਮੇਸੀ ਕੀਤੀ, ਪਰ ਇਹ ਚੀਜ਼ ਕਰਨ ਤੋਂ ਬਾਅਦ ਵੀ ਤੁਸੀਂ ਬਾਈਕਸ ਦੇ ਵਿੱਚ ਆ ਗਏ ਹੋ? ਲੱਗਾ ਲੱਗੀ ਕਹਿ ਲਓ ਵੀ ਡੀ ਫਾਰਮੇਸੀ, ਪਲੱਸ ਟੂ ਤੋਂ ਬਾਅਦ ਡੀ ਫਾਰਮੇਸੀ ਕਰ ਲਈ, ਬੀ ਫਾਰਮੇਸੀ ਕਰ ਲਈ, 9 ਤੋਂ 2 ਮੈਂ ਜੋਬ ਕਰਦੇ ਰਹੇ ਇੱਕ MNC ਕੰਪਨੀ ਦੇ ਵਿੱਚ, 2 ਵਜੇ ਤੋਂ ਬਾਅਦ ਫ੍ਰੀ ਹੋ ਜਾਂਦਾ ਸੀ ਤਾਂ 2 ਵਜੇ ਤੋਂ 10, 11, 12 ਵਜੇ ਤੱਕ ਆਪਣੀ ਵਰਕਸ਼ਾਪ ਰਨ ਕਰਦੇ ਰਿਹਾ। ਬਾਈਕ ਕ੍ਰੀਏਟ ਕਰਨਾ, ਕੋਈ ਮਸ਼ੀਨ ਨਹੀਂ ਕ੍ਰੀਏਟ ਕਰਨਾ, ਉਹਦਾ ਦਾ ਮੈਨੂੰ ਜ਼ਿਆਦਾ ਸ਼ੌਂਕ ਸੀਗਾ। ਹੁਣ ਤਾਂ ਜਿਹੜੀ ਹੈ ਲਾਸਟ 6 ਮੰਥ ਤੋਂ, ਮਤਲਬ ਮੈਂ ਪ੍ਰਾਈਵੇਟ ਲਿਮਿਟਡ ਕੰਪਨੀ ਮੇਰੀ ਇੱਕ ਬਿਲਡ ਹੋ ਗਈ ਅਤੇ ਮੈਂ ਜਿਹੜਾ ਆ ਵੀ ਆਲ ਓਵਰ ਜਿਹੜਾ ਆ ਵਰਲਡ ਜਿਹੜਾ ਸ਼ਿਪਮੈਂਟ ਕਰ ਰਿਹਾ। ਸਭ ਤੋਂ ਪਹਿਲੀ ਬਾਈਕ ਜਿਹੜਾ ਡੀਜ਼ਲ ਮੋਟਰਸਾਈਕਲ, ਇੱਕ ਰੋਇਲ ਇਨਫੀਲਡ ਦਾ ਸੇਮ ਜਿਹੜਾ ਇੱਕ ਕੰਪਨੀ ਸੀਗੀ ਸੂਰਜ ਜਿਹੜੀ ਇੱਕ ਡੀਜ਼ਲ ਮੋਟਰਸਾਈਕਲ ਆਉਂਦਾ ਸੀ, ਉਹਨੂੰ ਮੈਂ ਰੀਕ੍ਰੀਏਟ ਕੀਤਾ ਸੀ। ਅਤੇ ਉਦੋਂ ਤੱਕ ਮਤਲਬ ਬਿਲਕੁਲ ਵੀ ਐਂ ਨਹੀਂ ਸੀਗਾ ਵੀ ਮੈਂ ਇਹਨੂੰ ਕਮਰਸ਼ੀਅਲੀ ਬਣਾ ਕੇ ਵੇਚੂੰਗਾ ਜਾਂ ਪ੍ਰੋਫਿਟ ਕਮਾਊਂਗਾ, ਜਸਟ ਐਂ ਸੀ ਵੀ ਮੇਰੇ ਕੋਲ ਇੱਕ ਇੱਦਾਂ ਦੀ ਚੀਜ਼ ਹੋਵੇ ਜਿਹੜੀ ਕਿਸੇ ਕੋਲ ਨਾ ਹੋਵੇ। ਇੱਦਾਂ ਜਿਹੜੀ ਕਸਟਮ ਬਾਈਕ ਹੈ, ਇਹਦੇ ਵਿੱਚ ਕਸਟਮਰ ਦਾ ਇੱਕ ਸਿਗਨੇਚਰ ਸਟਾਈਲ ਹੁੰਦਾ ਆ ਵੀ ਮੈਨੂੰ ਆਹ ਕਲਰ ਚਾਹੀਦਾ, ਆਹ ਟਾਇਰ ਸਾਈਜ਼ ਚਾਹੀਦਾ, ਮੇਰਾ ਇੰਜਨ ਇੰਨੀ ਪਾਵਰ ਚਾਹੀਦੀ ਹੈ, ਬੈਲਟ ਡਰਾਈਵ ਆ ਚਾਹੀਦੀ, ਅਲੋਏ ਵੀਲ ਦਾ ਪੈਟਰਨ ਨਹੀਂ ਚਾਹੀਦਾ। ਅਸੀਂ ਉਹ ਬਹੁਤ ਥੋੜ੍ਹੇ ਟਾਈਮ ਦੇ ਵਿੱਚ, 3 ਤੋਂ 4 ਮਹੀਨੇ, ਮੈਕਸ 6 ਮਹੀਨੇ ਦੇ ਵਿੱਚ ਉਨਾ ਹੀ ਕੰਮ ਜਿੰਨਾ ਕੰਪਨੀ ਕਰਦੀ ਹੈ ਪਰਟੀਕੁਲਰ ਇੱਕ ਹੀ ਬਾਈਕ 'ਤੇ ਕਰਨਾ ਹੁੰਦਾ ਹੈ ਤਾਂ ਕਿ ਕਸਟਮਰ ਦੀ ਜਿਹੜੀ ਵਿਸ਼ ਹੈ ਉਹ ਪੂਰੀ ਹੋ ਜਾਵੇ। ਤਾਂ ਕਰਕੇ ਇਹਦੇ ਪ੍ਰਾਈਸ ਜਿਹੜੇ ਨੇ 2 ਤੋਂ 4 ਟਾਈਮਸ ਹੋ ਜਾਂਦੇ ਨੇ ਸਟੋਕ ਬਾਈਕ ਨਾਲ। ਅਤੇ ਬਾਹਰ ਵੀ ਜਾਂਦੇ, ਮੈਂ ਸੁਣਿਆ ਤੁਹਾਡੀ ਜਿਹੜੀ ਬਾਈਕ? ਜੀ ਮੈਮ, ਬੇਸਿਕਲੀ ਜ਼ਿਆਦਾਤਰ ਤਾਂ ਕੈਨੇਡਾ ਅਤੇ USA ਦੇ ਵਿੱਚ ਜਾਂਦੀਆਂ ਨੇ। ਉਸ ਤੋਂ ਇਲਾਵਾ ਇੱਕ ਐਲਕਲ ਸਾਈਕਲ ਅਸੀਂ ਕੰਪਨੀ ਜਿਹੜੀ ਪ੍ਰਾਈਵੇਟ ਲਿਮਿਟਡ ਲਾਂਚ ਕੀਤੀ ਹੈ, ਉਹਦੇ ਕਿਡਸ ਦੇ ਬਾਈਕ ਬਣਦੇ ਨੇ, ਉਹ ਤਾਂ ਮਤਲਬ ਬੈਚ ਦੇ ਵਿੱਚ ਹੀ ਜਿਹੜੇ UK ਅਤੇ ਕੈਨੇਡਾ ਦੇ ਵਿੱਚ ਜਾਣਗੇ। ਸਰ ਕੋਈ ਮੈਸੇਜ ਦੇਣਾ ਚਾਹੋਗੇ, ਕੁਛ ਕਹਿਣਾ? ਵੀ ਜਦੋਂ ਤੁਸੀਂ ਡੈਥ ਬੈੱਡ 'ਤੇ ਹੋ ਨਾ ਅਤੇ ਕੋਈ ਤੁਹਾਨੂੰ ਪੁੱਛੇ ਵੀ ਤੁਹਾਡੀ ਲਾਸਟ ਵਿਸ਼ ਕੀ ਹੈ, ਤੁਹਾਡੇ ਕੋਲ ਹੋਣੀ ਨਹੀਂ ਚਾਹੀਦੀ ਲਾਸਟ ਵਿਸ਼, ਤੁਸੀਂ ਕਹੋ ਵੀ ਯਾਰ ਮੈਂ ਪੂਰੀਆਂ ਕਰ ਚੁੱਕਿਆ, ਕੁਝ ਬਚਿਆ ਨਹੀਂ। ਸਿਟੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਅੱਜ ਇੱਦਾਂ ਦੇ ਸ਼ਖਸ ਕੋਲ ਲੈ ਕੇ ਪਹੁੰਚਿਆ ਜਿਹਨੇ ਬੀ ਫਾਰਮੇਸੀ, ਡੀ ਫਾਰਮੇਸੀ ਕੀਤੀ ਹੋਈ ਹੈ, ਡਾਕਟਰ ਬਣਨ ਦੇ ਬਾਵਜੂਦ ਜੇ ਡਾਕਟਰ ਦੇ ਕੋਰਸ ਕੀਤਾ ਹੋਇਆ, ਬਟ ਜੇ ਇੰਟਰਸਟ ਦੀ ਗੱਲ ਕੀਤੀ ਜਾਵੇ, ਇੰਟਰਸਟ ਜਿਹੜਾ ਹੈ ਉਹਦਾ ਹੈਗਾ ਬਾਈਕਾਂ ਦੇ ਵਿੱਚ। ਜਿਹੜੀ ਵੀ ਬਾਈਕ ਹੋਵੇ ਉਹਨੂੰ ਜਿਹੜਾ ਵਧੀਆ ਤੋਂ ਵਧੀਆ ਜਿਹੜਾ ਸਟਾਈਲ ਦੇ ਵਿੱਚ ਬਣਾ ਦਿੰਦੇ, ਆਪਣੇ ਆਪ ਹੀ ਜਿਹੜੇ ਬਣਾਉਂਦੇ ਨੇ, ਉਹਨਾਂ ਦੇ ਨਾਲ ਜਿਹੜੇ ਲੋਕ ਵੀ ਕੰਮ ਕਰ ਰਹੇ ਨੇ। ਪਰ ਤੁਸੀਂ ਦੇਖ ਸਕਦੇ ਹੋ ਜਿਵੇਂ ਸਿਰਫ ਔਰ ਸਿਰਫ ਇੰਜਨ ਯੂਜ਼ ਕਰਦੇ, ਬਾਕੀ ਜਿਹੜੇ ਇਹਦੇ ਵਿੱਚ ਪਾਰਟਸ ਪੈਂਦੇ, ਜੋ ਕੁਛ ਵੀ ਕੰਮ ਹੁੰਦਾ ਹੈ ਉਹ ਜਿਹੜਾ ਆਪਣੇ ਹੱਥੀ ਜਿਹੜਾ ਤਿਆਰ ਕੀਤਾ ਜਾਂਦਾ ਹੈ। ਤਾਂ ਸਾਰੀ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਕਿ ਜਦੋਂ ਡੀ ਫਾਰਮੇਸੀ, ਬੀ ਫਾਰਮੇਸੀ ਕੀਤੀ ਹੋਈ ਹੈ ਅਤੇ ਬਾਈਕਾਂ ਦਾ ਸ਼ੌਕ ਕਿਵੇਂ ਪਿਆ? ਅਨੁਜ ਜੀ ਇਹਨਾਂ ਦਾ ਨਾਮ ਹੈ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਮੈਮ। ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਰਹੂਗਾ, ਹਰ ਕਿਸੇ ਨੂੰ ਹੁੰਦਾ ਕਿ ਅੱਜ ਦੇ ਟਾਈਮ ਦੇ ਵਿੱਚ ਡਾਕਟਰ ਵੀ ਮੈਂ ਡਾਕਟਰ ਬਣਨਾ ਹੈ। ਤੁਸੀਂ ਬੀ ਫਾਰਮੇਸੀ ਕੀਤੀ ਹੈ, ਡੀ ਫਾਰਮੇਸੀ ਕੀਤੀ, ਪਰ ਇਹ ਚੀਜ਼ ਕਰਨ ਤੋਂ ਬਾਅਦ ਵੀ ਤੁਸੀਂ ਬਾਈਕਸ ਦੇ ਵਿੱਚ ਆ ਗਏ ਹੋ, ਕਾਰਨ ਕੀ? ਕਾਰਨ ਮੈਮ, ਹਰ ਕਿਸੇ ਇਨਸਾਨ ਨੂੰ ਕੋਈ ਨਾ ਸ਼ੌਂਕ ਨਿੱਕੇ ਹੁੰਦੇ ਤੋਂ ਹੀ ਹੁੰਦਾ ਆ। ਕਿਸੇ ਨੂੰ ਕ੍ਰਿਕਟ ਦਾ ਸ਼ੌਂਕ ਹੁੰਦਾ ਆ, ਕਿਸੇ ਨੂੰ ਰੇਸਿੰਗ ਦਾ, ਕਿਸੇ ਨੂੰ ਚੈਸ ਦਾ, ਮਤਲਬ ਮੈਨੂੰ ਬਾਈਕਿੰਗ, ਮਤਲਬ ਬਾਈਕ ਐਜ ਇਨ ਕਿ ਬਾਈਕ ਚਲਾਉਣਾ ਇੰਨਾ ਜ਼ਿਆਦਾ ਪਸੰਦ ਨਹੀਂ ਮੈਨੂੰ। ਬਾਈਕ ਕ੍ਰੀਏਟ ਕਰਨਾ, ਕੋਈ ਮਸ਼ੀਨ ਨਹੀਂ ਕ੍ਰੀਏਟ ਕਰਨਾ, ਉਹਦਾ ਦਾ ਮੈਨੂੰ ਜ਼ਿਆਦਾ ਸ਼ੌਂਕ ਸੀਗਾ। ਪਰ ਇੱਦਾਂ ਦਾ ਆਪਣੇ ਆਲ ਓਵਰ ਇੰਡੀਆ ਕੋਈ ਇੱਦਾਂ ਦਾ ਅਕੈਡਮਿਕ ਕੋਈ ਸੈਸ਼ਨ ਨਹੀਂ ਹੁੰਦਾ ਜਾਂ ਕੋਈ ਇੱਦਾਂ ਦੀ ਸਟੱਡੀ ਨਹੀਂ ਹੈਗੀ ਜੇ ਤੁਹਾਨੂੰ ਮਤਲਬ ਬਾਈਕ ਜਾਂ ਮਸ਼ੀਨ ਫੈਬਰੀਕੇਸ਼ਨ ਸਿਖਾਈ ਜਾਵੇ। ਤਾਂ ਹੌਲੀ ਹੌਲੀ ਡੂ ਇਟ ਯੂਰ ਸੈਲਫ ਵਾਂਗੂ ਪਹਿਲਾਂ ਛੋਟੀ ਕਲਾਸ ਤੋਂ ਹੀ ਕਰਦਾ ਰਿਹਾ, ਫਿਰ ਇੰਟਰਨੈਟ ਦੀ ਬੜੀ ਹੈਲਪ ਮਿਲੀ, ਪਤਾ ਲੱਗਿਆ ਚੀਜ਼ਾਂ ਐਕਚੁਅਲੀ ਪ੍ਰੈਕਟੀਕਲੀ ਕਿੱਦਾਂ ਕਰਨੀਆਂ ਨੇ। ਤਾਂ ਉਹਦੇ ਨਾਲ ਨਾਲ ਜਿਵੇਂ ਏਜ ਚੱਲਦੀ ਜਾ ਰਹੀ ਸੀ ਤਾਂ ਸਟੱਡੀ ਤਾਂ ਕੋਈ ਨਾ ਕੋਈ ਨਾਲ ਕਰਨੀ ਸੀਗੀ। ਤਾਂ ਸਾਰਾ ਮੈਡੀਕਲ ਬੈਕਗਰਾਊਂਡ ਤੋਂ ਫੈਮਿਲੀ ਸੀ, ਤਾਂ ਉਹ ਜਿਹੜਾ ਆ ਵੀ ਲੱਗਾ ਲੱਗੀ ਕਹਿ ਲਓ ਵੀ ਡੀ ਫਾਰਮੇਸੀ, ਪਲੱਸ ਟੂ ਤੋਂ ਬਾਅਦ ਡੀ ਫਾਰਮੇਸੀ ਕਰ ਲਈ, ਬੀ ਫਾਰਮੇਸੀ ਕਰ ਲਈ। ਐਕਚੁਅਲ ਰੀਅਲ ਵਰਲਡ ਦੇ ਵਿੱਚ ਜਦੋਂ ਜੋਬ ਦੇ ਵਿੱਚ ਆਏ ਤਾਂ ਉਦੋਂ ਪਤਾ ਲੱਗਿਆ ਵੀ ਇਹ ਜਿਹੜੀ ਹੈ ਪੂਰੀ ਡਿਫਰੈਂਟ ਲਾਈਨ ਹੈ, ਇਹ ਮਤਲਬ ਪੈਰਲਲੀ ਚਲਾਉਣੀ ਮੁਸ਼ਕਿਲ ਹੈ। ਤਾਂ 6-7 ਸਾਲ ਮੈਂ ਕਰਦਾ ਰਿਹਾ, 9 ਤੋਂ 2 ਮੈਂ ਜੋਬ ਕਰਦਾ ਰਿਹਾ ਇੱਕ MNC ਕੰਪਨੀ ਦੇ ਵਿੱਚ, 2 ਵਜੇ ਤੋਂ ਬਾਅਦ ਫ੍ਰੀ ਹੋ ਜਾਂਦਾ ਸੀ ਤਾਂ 2 ਵਜੇ ਤੋਂ 10, 11, 12 ਵਜੇ ਤੱਕ ਆਪਣੀ ਵਰਕਸ਼ਾਪ ਰਨ ਕਰਦਾ ਰਿਹਾ। ਅਰਾਊਂਡ 6 ਸਾਲ ਇੱਦਾਂ ਕਰਨ ਤੋਂ ਬਾਅਦ ਇੱਕ ਟਾਈਮ ਜਦੋਂ ਆਇਆ ਮੈਨੂੰ ਲੱਗਿਆ ਵੀ ਹੁਣ ਜਿਹੜੀ ਜੋਬ ਹੈ ਉਹਦੇ ਨਾਲੋਂ ਜ਼ਿਆਦਾ ਜਿਹੜਾ ਆ ਵੀ ਇੱਧਰ ਪੱਲੜਾ ਭਾਰੀ ਹੋ ਰਿਹਾ, ਇਹਨੂੰ ਹੁਣ ਅੱਗੇ ਕਰਨਾ ਚਾਹੀਦਾ।
ਤਾਂ ਅਰਾਊਂਡ 6 ਸਾਲ ਹੁਣ ਮੈਨੂੰ ਜਿਹੜਾ ਆ ਵੀ ਇੰਡੀਵਿਜੁਅਲੀ ਫ੍ਰੀ ਜਿਹੜਾ ਫੁੱਲ ਟਾਈਮ ਮੈਨੂੰ ਮੈਂ ਰਨ ਕਰ ਰਿਹਾ। ਹੁਣ ਤਾਂ ਜਿਹੜੀ ਹੈ ਲਾਸਟ 6 ਮੰਥਸ ਤੋਂ ਮਤਲਬ ਮੈਂ ਪ੍ਰਾਈਵੇਟ ਲਿਮਿਟਡ ਕੰਪਨੀ ਮੇਰੀ ਇੱਕ ਬਿਲਡ ਹੋ ਗਈ ਅਤੇ ਮੈਂ ਜਿਹੜਾ ਆ ਵੀ ਆਲ ਓਵਰ ਜਿਹੜਾ ਆ ਵਰਲਡ ਜਿਹੜਾ ਸ਼ਿਪਮੈਂਟ ਕਰ ਰਿਹਾ ਜੀ। ਸਰ ਸਭ ਤੋਂ ਪਹਿਲਾਂ ਕਿਹੜੀ ਬਾਈਕ ਜਿਹੜੀ ਸੀਗੀ ਜੋ ਸਭ ਤੋਂ ਪਹਿਲਾਂ ਮਤਲਬ ਕਿ ਤੁਸੀਂ ਬਣਾਈ ਜਾਂ ਫਿਰ ਨਿਊ ਤਰੀਕੇ ਨਾਲ ਤਿਆਰ ਕੀਤੀ ਅਤੇ ਲੋਕਾਂ ਦਾ ਕਿੰਨਾ ਜ਼ਿਆਦਾ ਪਿਆਰ ਮਿਲਿਆ? ਸਭ ਤੋਂ ਪਹਿਲੀ ਬਾਈਕ ਜਿਹੜਾ ਡੀਜ਼ਲ ਮੋਟਰਸਾਈਕਲ ਇੱਕ ਰੋਇਲ ਇਨਫੀਲਡ ਦਾ ਸੇਮ ਜਿਹੜਾ ਇੱਕ ਕੰਪਨੀ ਸੀਗੀ ਸੂਰਜ ਜਿਹੜੀ ਇੱਕ ਡੀਜ਼ਲ ਮੋਟਰਸਾਈਕਲ ਆਉਂਦਾ ਸੀ ਉਹਨੂੰ ਮੈਂ ਰੀਕ੍ਰੀਏਟ ਕੀਤਾ ਸੀ। ਉਦੋਂ ਮਤਲਬ ਜਿਹੜਾ ਸੋਸ਼ਲ ਮੀਡੀਆ ਇੱਕ ਔਰਕੁੱਟ ਕਰਕੇ ਹੁੰਦਾ ਸੀ ਉਹਦੇ 'ਤੇ ਮੈਂ ਪੋਸਟ ਕੀਤਾ ਸੀ ਉਹਨੂੰ, ਤਾਂ ਉਹ ਬੜਾ ਜ਼ਿਆਦਾ ਉਹਦਾ ਜਿਵੇਂ ਐਕਸਪੋਜ਼ਰ ਉਹਨੂੰ ਮਿਲਿਆ ਅਤੇ ਬੜਾ ਜ਼ਿਆਦਾ ਪਿਆਰ ਮਿਲਿਆ। ਮਤਲਬ ਬਹੁਤ ਜ਼ਿਆਦਾ ਕਿਊਰੀਜ਼ ਆਈਆਂ ਵੀ ਸਾਡੇ ਵਾਸਤੇ ਵੀ ਬਣਾ ਦਿਉ ਕਿੰਨੇ ਪ੍ਰਾਈਜ਼, ਤਾਂ ਉਦੋਂ ਇਹ ਕਲਿੱਕ ਕੀਤਾ ਵੀ ਇਹ ਜਿਹੜਾ ਵੀ ਕੋਮਨ ਨਹੀਂ ਹੈਗਾ, ਆਮ ਕੰਮ ਨਹੀਂ ਹੈਗਾ ਜਿਹੜਾ ਮੈਂ ਕਰਤਾ, ਅਤੇ ਇਹਨੂੰ ਜਿਹੜਾ ਵੀ ਅੱਗੇ ਲੈ ਕੇ ਜਾਣਾ ਚਾਹੀਦਾ। ਅਤੇ ਉਦੋਂ ਤੱਕ ਮਤਲਬ ਬਿਲਕੁਲ ਵੀ ਐਂ ਨਹੀਂ ਸੀਗਾ ਵੀ ਮੈਂ ਇਹਨੂੰ ਕਮਰਸ਼ੀਅਲੀ ਬਣਾ ਕੇ ਵੇਚੂੰਗਾ ਜਾਂ ਪ੍ਰੋਫਿਟ ਕਮਾਊਂਗਾ, ਜਸਟ ਐਂ ਸੀ ਵੀ ਮੇਰੇ ਕੋਲ ਇੱਕ ਇੱਦਾਂ ਦੀ ਚੀਜ਼ ਹੋਵੇ ਜਿਹੜੀ ਕਿਸੇ ਕੋਲ ਨਾ ਹੋਵੇ। ਤਾਂ ਮਤਲਬ ਉਹ ਜਿਹੜਾ ਪੁਆਇੰਟ ਹੈ ਕਿ ਨਾ ਬੜੇ ਸਾਰੇ ਜਿਹੜੇ ਐਨਥੂਸੀਅਸਮ ਨੇ ਬਾਈਕ ਐਨਥੂਸੀਅਸਮ ਉਹਨਾਂ ਦੇ ਸਾਰਿਆਂ 'ਚ ਹੁੰਦਾ ਵੀ ਮੇਰੇ ਕੋਲ ਵੀ ਇੱਦਾਂ ਦੀ ਹੋਵੇ, ਪਰ ਟਾਈਮ ਨਾ ਹੋਣ ਕਰਕੇ ਜਾਂ ਨੌਲੇਜ ਨਾ ਹੋਣ ਕਰਕੇ ਤਾਂ ਉਹ ਫਿਰ ਮੈਨੂੰ ਅਪਰੋਚ ਕਰਦੇ, ਫਿਰ ਮੈਂ ਉਹਨਾਂ ਦੀ ਉਹ ਚੀਜ਼ ਪੂਰੀ ਕਰਦਾ। ਕੀ ਬਾਤ ਹੈ! ਅੱਛਾ ਸਰ, ਕਦੇ ਇੱਦਾਂ ਹੋਇਆ ਕਿ ਤੁਸੀਂ ਮਤਲਬ ਕਿ ਡਾਕਟਰੀ ਲਾਈਨ ਦੇ ਵਿੱਚੋਂ ਹੈ ਨਾ, ਡਾਕਟਰੀ ਲਾਈਨ ਦੀ ਸਟੱਡੀ ਕੀਤੀ ਹੈ, ਜੋਬ ਵੀ ਕੀਤੀ ਹੈ, ਪਰ ਘਰਦਿਆਂ ਨੇ ਕਿਤੇ ਨਾ ਕਿਤੇ ਜੋ ਤੁਹਾਨੂੰ ਜਿਹੜਾ ਡੀਮੋਟੀਵੇਟ ਕੀਤਾ ਹੋਵੇ ਜਾਂ ਤਾਨੇ ਜਿਹਾ ਮਾਰੇ ਹੋਣ ਕਿ ਇਸ ਕੰਮ ਦੇ ਵਿੱਚ ਕੀ ਰੱਖਿਆ, ਜੇ ਤੂੰ ਪੜ੍ਹਿਆ ਤਾਂ ਇਹ ਕੰਮ ਅੱਗੇ ਬੜਾਇਆ, ਕਿਸ ਕੋਈ ਇਹ ਚੀਜ਼ਾਂ ਹੋਈਆਂ ਨੇ? ਇਹ ਜਿਵੇਂ ਕੋਈ ਪੈਸ਼ਨੇਟ ਬੰਦਾ ਹੁੰਦਾ ਨਾ, ਉਹਨੂੰ ਉਹ ਤਾਨੇ ਜੇ ਵੀ ਕੋਈ ਜੇ ਮਾਰਦਾ ਆ ਤਾਂ ਉਹਨੂੰ ਐਟਲੀਸਟ ਐਵੇਂ ਪਤਾ ਹੁੰਦਾ ਵੀ ਪਰਦੇ ਦੇ ਪਿੱਛੇ ਵਾਲੀ ਚੀਜ਼ਾਂ ਮੈਂ ਦੇਖੀਆਂ ਹੋਈਆਂ ਨੇ, ਇਹਨਾਂ ਨੂੰ ਹਜੇ ਭਾਵੇਂ ਏਜ 'ਚ ਮੇਰੇ ਤੋਂ ਜ਼ਿਆਦਾ ਨੇ ਪਰ ਇਹਨਾਂ ਦਾ ਜਿਹੜਾ ਲਾਈਫ ਸਰਕਲ ਜਾਂ ਜਿਵੇਂ ਘੇਰਾ ਕਹਿ ਲਓ ਉਹ ਨਹੀਂ ਹੈਗਾ ਜਿਹੜੀ ਚੀਜ਼ ਮੈਂ ਦੇਖੀ ਹੋਈ ਹੈ। ਤਾਂ ਉਹਨੂੰ ਪੋਜ਼ੀਟਿਵ ਮਤਲਬ ਲੈਣਾ ਚਾਹੀਦਾ ਹਰੇਕ ਇਨਸਾਨ ਨੂੰ ਜਿਹੜਾ ਪੈਸ਼ਨੇਟ ਹੈ, ਉਹਨੂੰ ਉਹ ਪਤਾ ਆ ਵੀ ਇਹ ਫੀਲਡ ਜਿਹੜੀ ਹੈ ਕਿੰਨੀ ਵਾਸਟ ਹੈ, ਤਾਂ ਉਹਨੂੰ ਵੀ ਮਤਲਬ ਅਤੇ ਐਵੇਂ ਜੇ ਪਰਟੀਕੁਲਰਲੀ ਕਹਾਂ ਤਾਂ ਹਾਂ ਜਿਹੜੇ ਨੇਬਰਸ ਜਾਂ ਰੈਲੇਟਿਵ ਕਈ ਵਾਰੀ ਮੇਰੀ ਵਰਕਸ਼ਾਪ 'ਤੇ ਵੀ ਜਦੋਂ ਹੁਣ ਵੀ ਕਈ ਵਾਰੀ ਆ ਜਾਂਦੇ ਆ, ਕਈਆਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਮੈਨੂੰ ਜ਼ਿਆਦਾ ਨਹੀਂ ਜਾਣਦੇ ਆ, ਨਹੀਂ ਦੇਖੇ ਇੰਟਰਵਿਊਜ਼ ਵਗੈਰਾ, ਉਹ ਕਹਿੰਦੇ ਵੀ ਬੱਚੇ ਤੂੰ ਪੜ੍ਹਾਈ ਥੋੜ੍ਹੀ ਘੱਟ ਕੀਤੀ ਸੀ ਵੀ ਤੂੰ ਇਹ ਕਾਲੇ ਕੰਮ ਹੱਥ ਕਾਲੇ ਜਿਹੜਾ ਇਹ ਕੰਮ ਕਰ ਰਿਹਾ ਆ, ਤਾਂ ਮਤਲਬ ਤਾਂ ਉਹਨਾਂ 'ਤੇ ਮਤਲਬ ਸੋਚ ਕੇ ਲੱਗਦਾ ਵੀ ਚਲੋ ਕੋਈ ਨਹੀਂ, ਇਹ ਵੀ ਅਲੱਗ ਜਿਹੜੀ ਹੈ ਵੀ ਮਜ਼ਾ ਹੈ ਵੀ ਹਾਂ ਉਹਨਾਂ ਨੂੰ ਇੱਦਾਂ ਲੱਗਦਾ, ਪਰ ਜੇ ਜਿਹੜੇ ਇਸ ਫੀਲਡ 'ਚ ਹੈਗੇ ਨੇ ਜਿਹੜੇ ਜਾਣਦੇ ਵੀ ਮੈਂ ਕੀ ਕਰ ਰਿਹਾ, ਉਹ ਮਤਲਬ ਕਹਿੰਦੇ ਨੇ ਵੀ ਵੀ ਆਰ ਪ੍ਰਾਊਡ ਆਫ ਯੂ ਕਿ ਤੂੰ ਜਿਹੜਾ ਬਿਲਕੁਲ ਅਲੱਗ ਕਰ ਰਿਹਾ ਜਿਹੜਾ ਕੋਈ ਨਹੀਂ ਕਰ ਰਿਹਾ ਜੀ। ਅਤੇ ਸਰ, ਤੁਹਾਡੇ ਕੋਲ ਬਾਈਕ ਆਉਂਦੀਆਂ ਨੇ, ਕਹਿੰਦੇ ਟ੍ਰਿਪਲ ਗੁਣਾ ਜ਼ਿਆਦਾ ਮਹਿੰਗੀਆਂ ਹੋ ਜਾਂਦੀਆਂ, ਉਹਨਾਂ ਦੇ ਰੇਟ ਜਿਹੜੇ ਟ੍ਰਿਪਲ ਗੁਣਾ ਵੱਧ ਜਾਂਦੇ, ਕਾਰਨ ਕੀ ਹੈ, ਕਿੱਦਾਂ ਮਤਲਬ ਤੁਸੀਂ ਉਹਨੂੰ ਨਿਊ ਤਰੀਕੇ ਨਾਲ ਜਿਹੜੇ ਰੀਕ੍ਰੀਏਟ ਕਰਦੇ ਹੋ, ਕੀ ਉਹਦੇ ਵਿੱਚ ਚੇਂਜਿੰਗਸ ਲੈ ਕੇ ਆਉਂਦੇ ਹੋ, ਕੀ ਹੈ ਜਿਹੜੇ ਮਾਰਕੀਟ ਨਾਲੋਂ ਵੱਖਰਾ ਹੁੰਦਾ ਹੈ? ਬੇਸਿਕਲੀ ਮੈਮ ਕਸਟਮਾਈਜੇਸ਼ਨ ਕੀ ਹੁੰਦਾ ਆ, ਕਸਟਮਾਈਜੇਸ਼ਨ ਮਤਲਬ ਟੇਲਰਡ ਰਾਈਡ ਆਪਾਂ ਕਹਿ ਦਿੰਦੇ ਹਾਂ, ਜਿਵੇਂ ਆਪਾਂ ਸੂਟ ਜਿਹੜਾ ਆ ਆਪਣੀ ਫਿਟਿੰਗ ਦਾ ਸਵਾਉਂਦੇ ਹਾਂ ਉਹਦਾ ਪ੍ਰਾਈਜ਼ ਆਲਮੋਸਟ ਡਬਲ ਟੂ ਟ੍ਰਿਪਲ ਹੁੰਦਾ ਆ। ਇੱਕ ਰੈਡੀਮੇਡ ਸੂਟ ਹੁੰਦਾ ਉਹ ਆਪਾਂ ਉੱਦਾਂ ਫ੍ਰੀਲੀ ਵੀ ਕੋਈ ਵੀ ਉਹ ਫਿਟਿੰਗ ਨਾ ਆਵੇ ਇੱਦਾਂ, ਜਿਹੜੀ ਕਸਟਮ ਬਾਈਕ ਹੈ ਇਹਦੇ ਵਿੱਚ ਕਸਟਮਰ ਦਾ ਇੱਕ ਸਿਗਨੇਚਰ ਸਟਾਈਲ ਹੁੰਦਾ ਆ ਵੀ ਮੈਨੂੰ ਆਹ ਕਲਰ ਚਾਹੀਦਾ, ਆਹ ਟਾਇਰ ਸਾਈਜ਼ ਚਾਹੀਦਾ, ਮੇਰਾ ਇੰਜਨ ਇੰਨੀ ਪਾਵਰ ਚਾਹੀਦੀ ਹੈ, ਬੈਲਟ ਡਰਾਈਵ ਆ ਚਾਹੀਦੀ, ਅਲੋਏ ਵੀਲ ਦਾ ਪੈਟਰਨ ਨਹੀਂ ਚਾਹੀਦਾ। ਤਾਂ ਇਹ ਪਰਟੀਕੁਲਰਲੀ ਇਹ ਇਕੱਲੀ ਇਕੱਲੀ ਚੀਜ਼ ਅਸੈਂਬਲ ਕਰਨ ਵਾਸਤੇ ਕੁਝ ਇੰਪੋਰਟ ਕਰਨੀਆਂ ਪੈਂਦੀਆਂ ਨੇ, ਕੁਝ CNC 'ਤੇ ਬਣਦੀਆਂ ਨੇ। ਨੋਰਮਲੀ ਜਿਹੜਾ ਇੱਕ ਜਿਹੜੀ ਕੰਪਨੀ ਬਾਈਕ ਡਿਜ਼ਾਈਨ ਕਰਦੀ ਹੈ 70-80 ਪੀਪਲ ਦੀ ਟੀਮ ਹੁੰਦੀ ਹੈ ਜਿਹੜੀ 6-7 ਸਾਲ ਲਾ ਕੇ ਉਹਨੂੰ R&D ਕਰਕੇ ਫਿਰ ਉਹ ਪ੍ਰੋਡਕਟ ਲਾਂਚ ਹੁੰਦਾ। ਅਸੀਂ ਉਹ ਬਹੁਤ ਥੋੜ੍ਹੇ ਟਾਈਮ ਦੇ ਵਿੱਚ 3-4 ਮਹੀਨੇ ਮੈਕਸ 6 ਮਹੀਨੇ ਦੇ ਵਿੱਚ ਉਨਾ ਹੀ ਕੰਮ ਜਿੰਨਾ ਕੰਪਨੀ ਕਰਦੀ ਹੈ ਪਰਟੀਕੁਲਰ ਇੱਕ ਹੀ ਬਾਈਕ 'ਤੇ ਕਰਨਾ ਹੁੰਦਾ ਹੈ ਤਾਂ ਕਿ ਕਸਟਮਰ ਦੀ ਜਿਹੜੀ ਵਿਸ਼ਾ ਉਹ ਪੂਰੀ ਹੋ ਜਾਵੇ। ਤਾਂ ਕਰਕੇ ਇਹਦੇ ਪ੍ਰਾਈਜ਼ ਜਿਹੜੇ ਨੇ 3-4 ਟਾਈਮਸ ਹੋ ਜਾਂਦੇ ਨੇ ਸਟੋਕ ਬਾਈਕ ਨਾਲੋਂ। ਅਤੇ ਬਾਹਰ ਵੀ ਜਾਂਦੇ, ਮੈਂ ਸੁਣਿਆ ਤੁਹਾਡੀ ਜਿਹੜੀ ਬਾਈਕ ਜੀ ਮੈਮ ਬੇਸਿਕਲੀ ਜ਼ਿਆਦਾਤਰ ਤਾਂ ਕੈਨੇਡਾ ਅਤੇ USA ਦੇ ਵਿੱਚ ਜਾਂਦੀਆਂ ਨੇ,
ਹੁਣ ਲਾਸਟ 6 ਮੰਥ ਦੇ ਵਿੱਚ ਅਸੀਂ ਆਸਟ੍ਰੇਲੀਆ ਵੀ ਸ਼ੁਰੂ ਕਰ ਲਿਆ, ਉਹਨਾਂ ਦੀ ਪੋਲਿਸੀਜ਼ ਵੀ ਅਸੀਂ ਫੋਲੋ ਕਰਦੇ ਪਏ ਜਿਹੜੇ ਰੈਗੂਲੇਸ਼ਨਸ ਨੇ, ਅਤੇ ਉਹ ਜਾ ਰਹੇ ਨੇ। ਉਸ ਤੋਂ ਇਲਾਵਾ ਇੱਕ ਐਲਕਲ ਸਾਈਕਲ ਅਸੀਂ ਕੰਪਨੀ ਜਿਹੜੀ ਪ੍ਰਾਈਵੇਟ ਲਿਮਿਟਡ ਲਾਂਚ ਕੀਤੀ ਹੈ, ਉਹਦੇ ਕਿਡਸ ਦੇ ਬਾਈਕ ਬਣਦੇ ਨੇ, ਉਹ ਤਾਂ ਮਤਲਬ ਬੈਚ ਦੇ ਵਿੱਚ ਹੀ ਜਿਹੜੇ UK ਅਤੇ ਕੈਨੇਡਾ ਦੇ ਵਿੱਚ ਜਾਣਗੇ। ਅਤੇ ਸਰ ਜਦੋਂ ਮਾਰਕੀਟ ਦੇ ਵਿੱਚ ਆਪਣੇ ਪੰਜਾਬ ਦੀ ਆਪਾਂ ਗੱਲ ਕਰ ਲਈ, ਜਦੋਂ ਪੰਜਾਬ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਜਦੋਂ ਤੁਹਾਡੀ ਬਣਾਈ ਗੱਡੀ ਜਿਹੜੀ ਐਕਟਿਵਾ ਜਾਂ ਫਿਰ ਬਾਈਕ ਲਾ ਲਓ, ਬਾਈਕ ਜਿਹੜੀ ਘੁੰਮਦੀ ਹੈ, ਕਿੱਦਾਂ ਦਾ ਮਤਲਬ ਮਹਿਸੂਸ ਹੁੰਦਾ, ਲੋਕ ਕਿੰਨੇ ਕੁ ਜ਼ਿਆਦਾ ਕਮੈਂਟ ਕਰਦੇ? ਜਿਹੜੇ ਸਾਡੇ ਪ੍ਰੋਡਕਟ ਨੇ ਮੈਮ ਲੋਕਲ ਤਾਂ ਮਤਲਬ ਨਹੀਂ ਇੰਨਾ ਮੇਰਾ ਮਾਰਕੀਟ ਹੈਗੀ, ਮੇਰਾ ਜ਼ਿਆਦਾ ਮਾਰਕੀਟ ਜਿਹੜਾ, ਕਿਉਂਕਿ ਇੰਡੀਆ ਦੇ ਵਿੱਚ ਨਾ ਕਸਟਮਾਈਜੇਸ਼ਨ ਲੀਗਲ ਨਹੀਂ ਹੈਗੀ। ਬੜੇ ਸਾਰੇ ਜਿਹੜੇ ਵਿਊਅਰਸ ਦੇਖ ਰਹੇ ਨੇ, ਉਹਨਾਂ ਨੂੰ ਇਹ ਹੋਊਗਾ ਯਾਰ ਬਣੂਗਾ ਅਤੇ ਚੱਲੂਗਾ ਕਿੱਥੇ, ਚਲਾਨ ਹੋ ਜਾਊਗਾ, ਤਾਂ ਮਤਲਬ ਮੇਰੀ ਜਿਹੜੀ 90% ਮਾਰਕੀਟ ਜਿਹੜੀ ਹੈ ਉਹ ਫੋਰਨ ਦੇ ਵਿੱਚ ਹੈ। ਉੱਥੇ ਜਾਂਦੇ ਹੀ ਸਾਡੀ ਬਾਈਕ ਨੂੰ ਜਿਹੜੀ ਪ੍ਰੋਪਰ ਲਾਈਸੈਂਸ ਪਲੇਟ ਵਗੈਰਾ ਸਾਰਾ ਮਿਲ ਜਾਂਦਾ ਹੈ। ਇੰਡੀਆ ਦੇ ਵਿੱਚ ਅਸੀਂ ਜਿਹੜੇ ਈਵੈਂਟਸ ਵਗੈਰਾ ਵਾਸਤੇ ਹੁੰਦੇ ਨੇ ਜਾਂ ਸ਼ੋਅ ਫੀਚਰਸ ਵਾਸਤੇ ਜਾਂ ਇਨਹਾਊਸ ਪ੍ਰੋਪਰਟੀਜ਼ 'ਚ ਕਿਸੇ ਨੇ ਆਪਣੇ ਵਹੀਕਲ ਰੱਖਣੇ ਨੇ, ਤਾਂ ਉਹ ਅਸੀਂ ਜ਼ਿਆਦਾ ਜਿਹੜੇ ਬਿਲਡ ਕਰਦੇ ਹਾਂ। ਤਾਂ ਰੋਡ 'ਤੇ ਮਤਲਬ ਕਦੇ ਕਦਾਈ ਮੈਨੂੰ ਦੇਖਣ ਨੂੰ ਮਿਲਦਾ ਮੇਰਾ ਪ੍ਰੋਡਕਟ, ਜ਼ਿਆਦਾਤਰ ਕੁਲੈਕਟਰ ਆਈਟਮ ਹੈ, ਲੋਕ ਆਪਣੇ ਫਾਰਮ ਹਾਊਸ ਵਗੈਰਾ 'ਚ ਰੱਖਦੇ ਆ ਜਾਂ NRIs ਵੀਰ ਨੇ ਉਹ ਕੁਛ ਟਾਈਮ ਆਪਣੇ ਪਿੰਡਾਂ 'ਚ ਚਲਾ ਕੇ ਅਤੇ ਉਹ ਬਾਹਰ ਲੈ ਜਾਂਦੇ ਨੇ। ਸਰ ਲੱਗਦਾ ਹੈ ਕਿ ਬਚਪਨ ਤੋਂ ਹੀ ਉਸ ਸ਼ੌਂਕ ਨੂੰ ਪੂਰਾ ਕਰਨਾ ਚਾਹੀਦਾ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੋਇਆ। ਹੁਣ ਤੁਸੀਂ ਕਹਿਣ ਦਾ ਭਾਵ ਇਹ ਵੀ ਹੈ, ਲੋਕ ਇਹ ਵੀ ਕਹਿੰਦੇ ਹੋਣਗੇ ਇੰਡੇ ਪੈਸੇ ਲਵਾ ਕੇ ਬਾਈਕਾਂ ਦੇ ਵਿੱਚ ਲੱਗ ਗਿਆ, ਇਹ ਕੰਮ ਕਰਨ ਲੱਗ ਗਏ, ਕਿਉਂਕਿ ਲੋਕ ਨੇ ਜੇ ਵਧੀਆ ਬੋਲਦੇ ਆ ਫਿਰ ਕੁਛ ਲੋਕ ਜਿਹੜੇ ਬੈਡ ਕਮੈਂਟਸ ਵੀ ਕਰਦੇ, ਕੁਛ ਇੱਦਾਂ ਦਾ ਹੁੰਦਾ? ਜੀ ਜੀ ਹਾਂ, ਇੱਦਾਂ ਹੁੰਦਾ ਹੈ ਵੀ ਮੈਂ ਕਹੂੰਗਾ ਵੀ ਜਿਹਨੂੰ ਮੌਕਾ ਮਿਲੇ ਐਟਲੀਸਟ ਗ੍ਰੈਜੂਏਸ਼ਨ ਕਰਨੀ ਚਾਹੀਦੀ ਹੈ। ਸ਼ੌਂਕ ਮਤਲਬ ਇੱਕ ਅਲੱਗ ਚੀਜ਼ ਹੈ, ਮਤਲਬ ਸ਼ੌਂਕ ਜਿਹੜਾ ਨਾ ਯੈਸ ਨੋ ਹੁੰਦਾ, ਵੀ ਉਹ ਤੁਹਾਨੂੰ ਪੈਸੇ ਦੇ ਵੀ ਸਕਦਾ ਨਹੀਂ ਵੀ ਦੇ ਸਕਦਾ। ਪਹਿਲੇ ਮਤਲਬ 6 ਸਾਲ ਮੈਂ ਜੋਬ ਕੀਤੀ ਤਾਂ ਉੱਥੋਂ ਮੈਨੂੰ 30-40 ਹਜ਼ਾਰ ਹਰ ਮਹੀਨੇ ਜਿਹੜੇ ਮਿਲਦੇ ਸੀ ਉਹਦੇ ਸਿਰ 'ਤੇ ਹੀ ਮੈਂ ਇਹਨੂੰ ਬਿਲਡ ਕਰ ਪਾਇਆ। ਜੇ ਨਹੀਂ ਹੁੰਦਾ, ਕਈ ਕਹਿੰਦੇ ਵੀ ਮੈਂ ਤਾਂ ਸ਼ੌਂਕ ਹੀ ਪਗਾਣਾ ਆ, ਪੈਸੇ ਘਰਦਿਆਂ ਤੋਂ ਲੈ ਲੂੰਗਾ, ਉਹ ਜ਼ਿਆਦਾ ਦੂਰ ਨਹੀਂ ਚੱਲਦਾ। ਮਤਲਬ ਪੈਰਲੈਲੀ ਮੈਂ ਦੋਨੋਂ ਇੱਕ ਮੁਕਾਮ ਇੱਦਾਂ ਦਾ ਆਇਆ 6 ਸਾਲ ਬਾਅਦ, ਉਦੋਂ ਮੈਂ ਬੈਟਰ ਜੱਜ ਸੀਗਾ ਵੀ ਮੈਨੂੰ ਆਹ ਜ਼ਿਆਦਾ ਵਧੀਆ ਪੈਸੇ ਦੇ ਰਿਹਾ ਜਾਂ ਆਹ ਜ਼ਿਆਦਾ ਵਧੀਆ। ਡੇ 1 ਤੋਂ ਜੇ ਮੈਂ ਜੋਬ ਨਾ ਕਰਦਾ, ਜੋਬ ਨਾ ਕਦੋਂ ਕਰਦਾ ਜਦੋਂ ਮੇਰੇ ਕੋਲ ਬੀ ਫਾਰਮਾ ਦਾ ਡਿਗਰੀ ਨਾ ਹੁੰਦੀ। ਜੇ ਮੈਂ +2 ਦਵਾ ਦੀ ਨਹੀਂ, ਮੈਂ ਤਾਂ ਵੀ ਮੋਟਰਸਾਈਕਲ ਹੀ ਠੀਕ ਕਰਨੇ ਆ, ਮੋਟਰਸਾਈਕਲ ਹੀ ਬਣਾਉਣੇ ਆ, ਤਾਂ ਉਹ ਜਿਹੜੀ ਇੱਕ ਸੈਲਰੀ ਬੇਸਡ ਹੀ ਜਾਂ ਮਤਲਬ ਜ਼ਿਆਦਾ ਗਰੋ ਨਾ ਹੋ ਪਾਉਂਦਾ। ਅਕੈਡਮੀਆਂ ਜਦੋਂ ਤੁਸੀਂ ਬੀ ਫਾਰਮੇਸੀ ਕਾਲਜ ਦੇ ਵਿੱਚ ਜਾਂਦੇ ਹੋ, ਐਕਸਪੋਜ਼ਰ ਮਿਲਦਾ, ਉਦੋਂ ਪਤਾ ਲੱਗਦਾ ਵੀ ਆਲ ਓਵਰ ਵਰਲਡ ਕੋਈ ਪ੍ਰੋਡਕਟ ਲਾਂਚ ਕਰਨਾ ਦਾ ਕਿਵੇਂ ਹੋਣਾ ਹੈ। ਅਤੇ ਇੱਕ ਬਾਈਕ ਨੂੰ ਰੀਕ੍ਰੀਏਟ ਕਰਨ ਦੇ ਵਿੱਚ ਕਿੰਨਾ ਸਮੇਂ ਜਿਹੜਾ ਲੱਗ ਜਾਂਦਾ ਹੈ? ਅਗੇਨ ਡਿਪੈਂਡਸ ਓਨ ਦਾ ਕੰਪਲੈਕਸਿਟੀ ਆਫ ਡਿਜ਼ਾਈਨ, ਪੇਂਟ ਜੋਬ ਕਿੱਦਾਂ ਦੀ ਹੈ। ਮਤਲਬ ਕੋਈ ਇੰਪੋਰਟਡ ਆਈਟਮ ਹੈ ਤਾਂ 15-20 ਦਿਨ ਤਾਂ ਐਕਸਪੋਰਟ 'ਚ ਲੱਗ ਜਾਂਦੇ, 15-20 ਦਿਨ ਤੋਂ 1-1.5 ਸਾਲ ਤੱਕ ਵੀ ਲੱਗ ਜਾਂਦਾ ਮੈਮ ਡਿਜ਼ਾਈਨ ਦੀ ਕੰਪਲੈਕਸਿਟੀ ਦੇ ਉੱਤੇ। ਜਿਹੜੇ ਡਿਜ਼ਾਈਨ ਨੇ ਉਹ ਆਪ ਚੂਜ਼ ਕਰਦੇ ਹੋ ਕਿ ਫਿਰ ਕਲਾਇੰਟ ਦੁਆਰਾ ਚੂਜ਼? ਇੱਕ ਜਿਹੜੀ ਹੈ ਰੂਪ ਰੇਖਾ ਜਿਹਨੂੰ ਆਪਾਂ ਕਹਿ ਦਿੰਦੇ, ਕਸਟਮਰ ਦੇ ਦਿਮਾਗ 'ਚ ਹੈਲੂਸੀਨੇਸ਼ਨ ਜੀ ਹੁੰਦੀ ਹੈ ਵੀ ਮੈਨੂੰ ਸਕਲਸ ਚਾਹੀਦੇ ਨੇ ਜਾਂ ਇੱਦਾਂ ਚਾਹੀਦੇ, ਉਹ ਐਗਜੈਕਟ ਤੁਹਾਨੂੰ ਇਲੈਸਟ੍ਰੇਟ ਨਹੀਂ ਕਰ ਸਕਦੇ। ਉਹ ਸਾਡਾ ਕੰਮ ਹੁੰਦਾ ਵੀ ਉਹਨਾਂ ਦੀ ਚੀਜ਼ ਸਮਝ ਕੇ ਪੜ੍ਹ ਕੇ ਉਹਨਾਂ ਨੂੰ 3D ਮਾਡਲ ਦੇਈਏ ਜਾਂ ਪੈਨਸਿਲ ਸਕੈਚ ਡਰਾਇੰਗ ਜਿਵੇਂ ਸ਼ੋਰਟ ਟਰਮ ਦੇ ਵਿੱਚ ਚਾਹੀਦਾ, ਮੈਂ ਨਾਲ ਦੇ ਨਾਲ ਪੈਨਸਿਲ ਸਕੈਚ ਕਰਕੇ ਉਹਨਾਂ ਨੂੰ ਦੱਸ ਦਿੰਦਾ, ਜਾਂ ਥਰੂ ਆਊਟ ਉਹ ਜਰਨੀ ਦੇ ਵਿੱਚ ਉਹ ਜਿਹੜੇ ਪਾਰਟ ਕਰਦੇ ਨੇ ਪਾਰਟ ਲੈਂਦੇ ਨੇ ਵੀ ਆਹ ਹੁਣ ਇੱਦਾਂ ਬਣ ਗਿਆ ਅਤੇ ਇਹਨੂੰ ਇੱਦਾਂ ਕਰ ਦਿਉ, ਇੱਦਾਂ ਕਰਕੇ ਅਸੀਂ 3D 2D ਸਾਰੀ ਚੀਜ਼ਾਂ ਨਾਲ ਪਹਿਲਾਂ ਡਿਜ਼ਾਇਨ ਕਰਦੇ ਹਾਂ। ਸ਼ੌਂਕ, ਫਿਰ ਅੱਗੇ ਨਹੀਂ ਕੁਸ਼ਚਨ ਪੁੱਛੂੰਗੀ, ਸ਼ੌਂਕ ਕਿੱਦਾਂ ਪਿਆ ਕਿਹਨੂੰ ਦੇਖ ਕੇ? ਜਿਵੇਂ ਇੱਕ ਨਾ ਹਮੇਸ਼ਾ ਆਪਾਂ ਦੇਖਦੇ ਕਿ ਆਪਣੇ ਲਾਈਫ ਦੇ ਵਿੱਚ ਕੋਈ ਨਾ ਕੋਈ ਹੁੰਦਾ ਕਿ ਅਸੀਂ ਇਹਦੇ ਵਰਗਾ ਬਣਨਾ ਹੈ ਜਾਂ ਫਿਰ ਇਹ ਕੰਮ ਅਸੀਂ ਕਰਨਾ, ਤੁਹਾਨੂੰ ਕਿਸ ਤਰੀਕੇ ਨਾਲ ਸ਼ੌਂਕ ਪਿਆ? ਮਤਲਬ ਇਹ ਆਪਣੇ ਆਪ ਹੀ ਨਿਊਜ਼ ਪੇਪਰ ਦੇ ਵਿੱਚ ਨਾ ਕਈ ਵਾਰੀ ਕਈ ਫੋਰਨ ਬਿਲਡਰਸ ਹੁੰਦੇ ਸੀ ਉਹਨਾਂ ਦੀ ਮਤਲਬ ਆਉਂਦੀ ਸੀ ਵੀ ਉਹਨਾਂ ਨੇ ਆਹ ਬਾਈਕ ਜਿਹੜਾ 1 ਮਿਲੀਅਨ ਦਾ ਕੀਤਾ, ਤਾਂ ਜਿਵੇਂ ਤੁਹਾਡੀ ਗੱਲ ਵੀ ਮੈਂ ਦੇਖਦਾ, ਮੈਂ ਕਿਹਾ ਇੱਥੇ 40-50 ਹਜ਼ਾਰ ਰੁਪਏ ਦਾ ਮਿਲੀ ਜਾਂਦਾ, ਇਹ 1 ਮਿਲੀਅਨ ਦਾ ਬਾਈਕ ਕਿਉਂ ਹੈ? ਮਤਲਬ ਉਹ ਕਹਿੰਦੇ ਵੀ ਲਿਮਿਟਡ ਐਡੀਸ਼ਨ ਹੈ, ਗੋਲਡ ਸਟੱਡਡ ਹੈ, ਇੱਦਾਂ ਆ, ਤਾਂ ਉਦੋਂ ਹੁੰਦਾ ਸੀ ਵੀ ਯਾਰ ਜੇ ਕੰਮ ਕਰਨਾ ਤਾਂ ਇੱਦਾਂ ਦਾ ਕਰਨਾ ਜਿਹਦੀ ਅਖਬਾਰ 'ਚ ਹਰ ਕੰਮ ਦੀ ਆਇਆ ਕਰੇ। ਵਿਆਹ ਜਿਹੜਾ ਆ ਵੀ ਮਤਲਬ ਉਹਨੇ ਆਪਣਾ ਲਾਈਫ ਦਾ 6 ਮਹੀਨੇ ਲਗਾਏ ਤਾਂ ਉਹ ਇੱਕ ਨਿਊਜ਼ ਬਣ ਗਈ,
ਕੋਈ ਮਤਲਬ ਐ ਨਹੀਂ ਕਿਸੇ ਨੇ ਉਹਨੇ ਲੜਾਈ ਕੀਤੀ ਝਗੜਾ ਕੀਤਾ, ਉਹ ਆਪਣਾ ਇਨਬਿਲਟ ਆਪਣਾ ਇਨਡੋਰ ਆਪਣਾ ਕੰਮ ਕਰੀ ਗਿਆ ਅਤੇ ਉਹਦੀ ਜਦੋਂ ਵੀ ਕੋਈ ਪ੍ਰੋਡਕਟ ਕਰਦਾ ਉਹ ਸੁਰਖੀਆਂ ਬਣ ਜਾਂਦੀਆਂ ਨੇ, ਉਹੀ ਇੱਕ ਜਿਹੜਾ ਵੀ ਸੀਗਾ ਮਨ ਦੇ ਵਿੱਚ। ਤੁਹਾਡੀ ਬਾਈਕ ਦੇ ਚਰਚੇ ਚਲੋ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈ, ਪਰ ਕਈ ਵਾਰੀ ਇੱਦਾਂ ਹੁੰਦਾ ਬੋਲੀਵੁੱਡ ਐਕਟਰ ਕੋਈ ਆਇਆ ਹੋਵੇ ਜਾਂ ਬੋਲੀਵੁੱਡ ਜਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਸਾਡੇ ਐਕਟਰ ਨੇ ਜੋ ਕਿ ਸ਼ੌਕੀਨ ਨੇ, ਤੁਹਾਡੀ ਬਾਈਕਾਂ ਜਾਂਦੀਆਂ ਨੇ ਇੱਥੇ? ਜੀ ਮੈਮ, ਜਿਹੜੀ ਮੂਵੀਜ਼ ਵਗੈਰਾ ਦੇ ਵਿੱਚ ਜਿਹੜਾ ਆ ਵੀ, ਪਰ ਉਹਨਾਂ ਦੀ ਇੱਕ ਨਾ ਕਲੋਜ਼ ਹੁੰਦੀ ਹੈ ਜਦੋਂ ਸਾਈਨ ਕਰਦੇ ਹਾਂ ਵੀ ਅਸੀਂ ਉਹਨੂੰ ਮਤਲਬ ਐਕਸਪੋਜ਼ ਨਹੀਂ ਕਰ ਸਕਦੇ, ਮਤਲਬ ਉਹ ਬਿਜ਼ਨਸ ਸਾਡੇ ਐਥਿਕਸ ਨੇ ਵੀ ਉਹ। ਮਿਊਜ਼ਿਕ ਇੰਡਸਟਰੀ ਦੇ ਵਿੱਚ ਮਤਲਬ ਬੜੇ ਸਾਰੇ ਸਿੰਗਰ ਨੇ, ਬੜੇ ਪ੍ਰੋਮੀਨੈਂਟ ਸਿੰਗਰ ਨੇ ਜਿਨ੍ਹਾਂ ਵਾਸਤੇ ਬਾਈਕਸ ਬਣਾਈਆਂ ਨੇ। ਹੁਣ ਕ੍ਰਿਕੇਟਰਸ ਵੀ ਨੇ, ਹੁਣੇ ਉਹ ਮਤਲਬ ਵਰਲਡ ਕੱਪ ਜਸਟ ਉਹਨਾਂ ਦਾ ਵਿਨ ਹੋਇਆ ਅਤੇ ਉਦੋਂ ਉਹਨਾਂ ਦਾ ਮੈਸੇਜ ਆਇਆ ਸੀ ਵੀ ਇੱਕ ਬਾਈਕ ਜਿਹੜੀ ਬਿਲਡ ਕਰਨੀ ਹੈ, ਉਹ ਇੰਡੀਆ ਪਹੁੰਚ ਗਏ ਨੇ, ਸ਼ਾਇਦ ਕੱਲ੍ਹ ਜਾਂ ਪਰਸੋਂ ਨੂੰ ਅਸੀਂ ਮੁੰਬਈ ਜਾਵਾਂਗੇ ਉਹਨਾਂ ਨੂੰ ਮਿਲਣਾ ਹੈ ਅਤੇ ਉਹਨਾਂ ਦੀ ਬਾਈਕ ਜਿਹੜੀ ਹੈ ਪਿੱਕ ਕਰਨੀ ਬਣਾਉਣਾ ਸੀ। ਬੋਲੀਵੁੱਡ ਵੀ ਤੱਕ ਵੀ ਗਈਆਂ ਨੇ? ਹਾਂ, ਬੋਲੀਵੁੱਡ 'ਚ ਵੀ ਜਾਂਦੀਆਂ ਨੇ ਮੈਂ, ਮੂਵੀਜ਼ ਵਗੈਰਾ ਵੀ ਸਾਊਥ ਮੂਵੀਜ਼ ਦੇ ਵਿੱਚ ਜ਼ਿਆਦਾ ਗਈਆਂ ਨੇ, ਬੋਲੀਵੁੱਡ ਤਾਂ ਬਾਈਕ ਬੇਸਡ ਬਣੀਆਂ ਹੀ ਬਹੁਤ ਘੱਟ ਨੇ, ਸਾਊਥ ਮੂਵੀਜ਼ ਦੇ ਵਿੱਚ ਜ਼ਿਆਦਾ ਜਾਂਦੀਆਂ ਨੇ ਬਾਈਕਸ। ਜੀ, ਅਤੇ ਪੰਜਾਬੀ ਇੰਡਸਟਰੀ ਦੀ ਆਪਾਂ ਗੱਲ ਕਰੀਏ, ਇੱਧਰ ਗਈਆਂ ਨੇ ਤੁਹਾਡੀ ਬਾਈਕਸ? ਪੰਜਾਬੀ ਮੂਵੀਜ਼ ਦੇ ਵਿੱਚ ਨਹੀਂ, ਪਰ ਜਿਹੜੀਆਂ ਆਪਣੀਆਂ ਪਰਸਨਲ ਕਲੈਕਸ਼ਨ ਹੁੰਦੀਆਂ ਨੇ ਸਿੰਗਰ ਦੀਆਂ ਅਤੇ ਐਕਟਰਸ ਦੀਆਂ, ਉਹਨਾਂ ਵਿੱਚ ਅਸੀਂ ਜਿਹੜੀਆਂ ਨੇ 3 ਬਾਈਕਸ ਮਤਲਬ ਸੈਲੀਬ੍ਰਿਟੀਜ਼ ਨੂੰ ਦਿੱਤੀਆਂ ਨੇ। ਅਤੇ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਮਹਿੰਗਾ ਬਾਈਕ ਕਿਹੜਾ ਸੀ ਅਤੇ ਕਦੋਂ ਬਣਾਇਆ ਸੀ? ਅਰਾਊਂਡ 3 ਈਅਰਸ ਪਹਿਲਾਂ ਮੈਂ ਇੱਕ ਟਰਾਈਕ ਕੀਤਾ ਸੀ, ਹਾਰਲੇ ਡਿਵਿਡਸਨ ਦਾ ਬਿਗ ਟਵਿਨ ਟਰਾਈਕ ਉਹਨੂੰ ਕਹਿ ਦਿੰਦੇ ਹਾਂ, ਰਿਵਰਸ ਗੇਅਰ ਵੀ ਉਹ 'ਚ ਐਡ ਕੀਤਾ ਸੀ। ਮੁੰਬਈ ਮੈਂ ਇੱਕ ਕਸਟਮਰ ਨੇ ਮੇਰੇ, ਉਹਨਾਂ ਨੂੰ ਭੇਜਿਆ ਸੀ, 24 ਲੈਖ ਦਾ ਉਹ ਮੈਂ ਬਾਈਕ ਜਿਹੜਾ ਭੇਜਿਆ ਸੀਗਾ ਜੀ। ਅੱਛਾ ਸਰ, ਲੋਕਾਂ ਨੂੰ ਸਮਝਾਉਣਾ ਕਿੰਨਾ ਕੁ ਜ਼ਿਆਦਾ ਔਖਾ ਹੁੰਦਾ, ਕਿਉਂਕਿ ਜੇ ਆਪਾਂ ਗੱਲ ਕਰੇ ਮਾਰਕੀਟ ਦੀ, ਉਹੀ ਬਾਈਕ ਜਿਹੜਾ ਹੈ ਸਾਨੂੰ 1,00,000 ਰੁਪਏ ਦਾ ਮਿਲ ਰਿਹਾ, ਜਦੋਂ ਉਹਨੂੰ ਰੀਕ੍ਰੀਏਟ ਕਰ ਰਹੇ, ਕੁਝ ਨਵੇਂ ਤਰੀਕੇ ਨਾਲ ਤਿਆਰ ਕਰੇ, ਨਵੇਂ ਫੀਚਰਸ ਨਾਲ ਤਿਆਰ ਕਰੇ, ਉਹੀ ਬਾਈਕ ਜਿਹੜਾ ਹੈ 2,50,000-2,00,000 ਦਾ ਹੋ ਜਾਂਦਾ। ਜਦੋਂ ਫਿਰ ਕਸਟਮਰ ਕਹਿੰਦਾ ਨਹੀਂ ਵੀ ਹਾਂ ਇਹ ਤਾਂ ਮਾਰਕੀਟ ਦੇ ਵਿੱਚ ਇੰਨਾ ਕੀ ਖਰਚ ਕਰਤਾ, ਕੁਝ ਇੱਦਾਂ ਦੇ ਸਵਾਲ ਹੁੰਦੇ? ਨਹੀਂ, ਇਹਦੇ ਇੱਦਾਂ ਕਦੇ ਵੀ ਨਹੀਂ ਹੁੰਦਾ, ਮਤਲਬ ਇਹ ਜਿਹੜਾ ਹੈ ਵੀ ਕੋਮਨ, ਜੇ ਮਤਲਬ ਕਸਟਮ ਮੋਟਰਸਾਈਕਲ ਬਾਰੇ ਇਹ ਕਿਹਾ ਜਾਂਦਾ ਹੈ, ਜੇ ਤੁਹਾਨੂੰ ਕਿਸੇ ਨੂੰ ਸਮਝਾਉਣਾ ਪੈ ਰਿਹਾ ਨਾ ਵੀ ਕਸਟਮ ਮੋਟਰਸਾਈਕਲ ਕੀ ਹੈ, ਤੁਸੀਂ ਨਹੀਂ ਸਮਝਾ ਸਕਦੇ, ਜਿਹਨੂੰ ਪਤਾ ਉਹਨੂੰ ਪਤਾ ਆ। ਮਤਲਬ ਇੱਦਾਂ ਦਾ ਕੋਈ ਕਸਟਮਰ ਮੇਰੇ ਕੋਲ ਕਦੇ ਆਇਆ ਹੀ ਨਹੀਂ ਅੱਜ ਤੱਕ ਜਿਹਨੂੰ ਮੈਨੂੰ ਦੱਸਣਾ ਪਵੇ ਵੀ ਇਹ ਚੀਜ਼ ਕਿਉਂ ਇੰਨੀ ਮਹਿੰਗੀ ਹੈ, ਕਿਉਂਕਿ ਇਹਨਾਂ ਦੇ ਟਾਇਰ 50,000 ਤੋਂ ਸਟਾਰਟ ਹੁੰਦੇ ਨੇ, ਮਤਲਬ ਜਿਹਨੇ ਪਵਾਉਣਾ ਨਾ 300 mm 360, ਉਹਨੂੰ ਪਤਾ ਹੈ ਵੀ ਇਹਦਾ ਕੀ ਪ੍ਰਾਈਜ਼ ਹੈ। ਅਤੇ ਹਾਰਲੇ ਡਿਵਿਡਸਨ ਬਾਰੇ ਜੇ ਕੋਈ ਗੱਲ ਕਰ ਰਿਹਾ ਤਾਂ ਇਹ ਨਹੀਂ ਕੁਐਸਚਨ ਕਰਦਾ ਵੀ ਇਹ ਜਿਹੜਾ 7-8 ਲੱਖ ਦਾ 8 ਲੱਖ ਦਾ ਕਿਉਂ ਹੈ, ਉਹਨੂੰ ਆਲਰੇਡੀ ਪਤਾ ਹੈ ਉਹ ਚੀਜ਼। ਮਹਿੰਗਾ ਜੇਬਰ ਤੁਸੀਂ ਕਹਿੰਦੇ ਤੇ ਟਾਇਰ ਹੀ 50,000 ਤੋਂ ਸਟਾਰਟ ਨੇ, ਤੇ ਕਿਹੜੀ ਕਿਹੜੀ ਚੀਜ਼ ਨੇ ਜੋ ਸਭ ਤੋਂ ਜ਼ਿਆਦਾ ਮਹਿੰਗੀਆਂ ਨੇ, ਬਾਕੀ ਮਾਰਕੀਟ ਨਾਲੋਂ ਜਿਹੜੇ ਆਪਾਂ ਡਬਲ ਰੇਟਾਂ ਦੇ ਵਿੱਚ ਪਾਉਂਦੇ ਹੋ ਤੁਸੀਂ? ਜਿਵੇਂ ਅਲੋਏ ਵੀਲਸ ਨੇ, ਹੁਣ ਜਿਵੇਂ ਆਪਾਂ ਰੋਇਲ ਇਨਫੀਲਡ ਦੀ ਜਾਂ ਕੋਈ ਵੀ ਜਿਹੜਾ ਇੱਕ ਮਤਲਬ ਮਿਡ ਪ੍ਰੀਮੀਅਮ ਸੈਗਮੈਂਟ ਦਾ ਬਾਈਕ ਹੈ, ਉਹ 1.5-2 ਲੱਖ ਰੁਪਏ ਦਾ ਆਉਂਦਾ ਹੈ। ਜਿਹੜੇ ਮੇਰੇ ਬਾਈਕਸ ਨੇ ਇਹਨਾਂ ਦੇ ਅਲੋਏ ਵੀਲ ਹੀ 2 ਲੱਖ ਦੇ ਨੇ, ਮਤਲਬ ਉਹ ਉੱਥੋਂ ਹੀ ਸਾਰਾ ਡਿਫਰੈਂਸ ਜਿਹੜਾ ਆ ਜਾਂਦਾ ਹੈ ਵੀ ਟਾਇਰ ਜਿਹੜੇ ਐਡੀਸ਼ਨਲ ਮਤਲਬ 50,000 ਦਾ ਜਾਂ 20,000 ਦਾ ਟਾਇਰ ਐਡੀਸ਼ਨਲ ਕੱਢੇ, ਅਲੋਏ ਵੀਲ ਹੀ ਜਿਹੜੇ 2 ਲੱਖ ਦੇ ਹੁੰਦੇ ਨੇ, ਤਾਂ 3-4 ਲੱਖ ਤਾਂ ਇਹੀ ਹੋ ਗਿਆ, ਹਜੇ ਮਤਲਬ ਮੋਟਰਸਾਈਕਲ 'ਤੇ ਆਪਾਂ ਪਹੁੰਚੇ ਹੀ ਨਹੀਂ। ਤਾਂ ਇਹ ਪਰ ਚੀਜ਼ ਅਲੱਗ ਵੀ ਹੈ, ਮਤਲਬ ਕੋਈ ਭਾਵੇਂ 1 ਕਰੋੜ ਦੀ ਵੀ ਗੱਡੀ ਖੜੀ ਹੈ ਉਹਦੀ ਪਿਕਚਰਸ ਨਹੀਂ ਹੋਣਗੀਆਂ, ਇਹਦੀ 10 ਲੱਖ ਦੇ ਮੋਟਰਸਾਈਕਲ ਦੀਆਂ ਪਿਕਚਰਸ ਕਲਿੱਕ ਕਰਨਗੇ ਲੋਕ। ਅੱਛਾ, ਇੱਕ ਸਵਾਲ ਹੋਰ, ਕਿਸ ਤਰੀਕੇ ਜੋ ਸਟਾਰਟਅਪ ਕੀਤਾ ਸੀਗਾ, ਕੀ ਸੋਚ ਕੇ ਕੀਤਾ ਸੀਗਾ ਕਿ ਲਾਈਫ ਦੇ ਵਿੱਚ ਅੱਗੇ ਪ੍ਰੋਗਰੈਸ ਮਿਲੂਗੀ ਕਿ ਨਹੀਂ ਮਿਲੂਗੀ, ਕਿਉਂਕਿ ਤੁਸੀਂ ਸਟਾਰਟਿੰਗ ਦੇ ਵਿੱਚ ਕਿ ਬਹੁਤ ਜ਼ਿਆਦਾ ਰਿਸਕੀ ਕੰਮ ਹੁੰਦਾ ਹੈ, ਠੀਕ ਹੈ, ਕਿਸ ਤਰੀਕੇ ਨਾਲ ਜੋ ਮਾਈਂਡ ਸੈਟਅਪ ਕੀਤਾ ਜਦੋਂ ਬਣਾਇਆ, ਕੀ ਸਟਾਰਟਅਪ ਕੀਤਾ ਸੀ ਅਤੇ ਅੱਜ ਕਿਹੜੇ ਮੁਕਾਮ ਤੱਕ ਬੈਠੇ? ਮਤਲਬ ਰਿਸਕ ਟੇਕਿੰਗ ਇਹਦੇ ਵਿੱਚ ਮੈਂ ਸ਼ੁਰੂ ਤੋਂ ਮੈਂ ਕਹਾਂ ਤਾਂ ਬਿਲਕੁਲ 0 ਹੀ ਸੀਗਾ ਜੀ। ਮਤਲਬ 18,000 ਨਾਲ ਮੇਰੀ ਸਿਸਟਰ ਦੀ ਗੌਰਮੈਂਟ ਜੋਬ ਲੱਗੀ ਸੀ, ਉਹਨੇ ਮੈਨੂੰ 18,000 ਐਜ਼ ਏ ਗਿਫਟ ਕਹਿ ਲਓ ਜਾਂ ਆਪਣਾ ਮੇਰਾ ਸ਼ੌਂਕ ਪੂਰਾ ਕਰਨ ਵਾਸਤੇ, ਉਹਨੇ 18,000, ਮੈਂ 18,000 ਨਾਲ ਕੰਮ ਸ਼ੁਰੂ ਕੀਤਾ ਸੀ ਅੱਜ ਤੋਂ 12-13 ਸਾਲ ਪਹਿਲਾਂ। ਅਤੇ ਮਤਲਬ ਕੋਈ ਰਿਸਕ ਨਹੀਂ ਸੀਗਾ, ਵੀ ਨਹੀਂ ਵੀ ਉਹਨੂੰ ਮੋੜਦਾ ਤਾਂ ਵੀ ਕੋਈ ਗੱਲ ਨਹੀਂ ਸੀਗੀ, ਜਦੋਂ ਕਮਾਊਂਗਾ ਉਦੋਂ ਦੇ ਦੂੰਗਾ। ਪਰ ਪੈਰਲੇਲੀ ਜਿਹੜਾ ਵੀ ਜੋਬ ਇੱਕ ਮੈਂ ਜਦੋਂ ਮੈਂ ਕਾਰੀਗਰ ਮੈਂ ਸੋਚਿਆ ਵੀ ਹੁਣ ਇੱਕ ਵੀ ਰੱਖਾਂ ਸ਼ੀਟ ਮੈਟਲ ਫੈਬਰੀਕੇਟਰ ਜਾਂ ਵੈਲਡਰ, ਉਹਦੀ ਸੈਲਰੀ 15,000 ਰੁਪਏ ਮੈਨੂੰ ਹਰ ਮਹੀਨੇ ਦੇਣੀ ਪੈਣੀ ਹੈ, ਤਾਂ ਉਹਨਾਂ 'ਚੋਂ ਨਹੀਂ ਦੇ ਸਕਦਾ।
ਮਤਲਬ ਇੰਨਾ ਕੰਮ ਨਹੀਂ ਸੀਗਾ ਵੀ ਬਹੁਤ ਜ਼ਿਆਦਾ, ਤਾਂ ਮੈਂ ਉਦੋਂ ਡਿਗਰੀ ਮੇਰੇ ਕੋਲ ਸੀਗੀ ਤਾਂ ਮੈਂ ਕਿਹਾ 25,000 ਦੀ ਜੋਬ ਕਰਨੀ ਠੀਕ ਹੈ, 15,000 ਇਹਨੂੰ ਦੇ ਜਾ ਕਰੂੰਗਾ, 10,000 ਨਾਲ ਮੇਰਾ ਚੱਲ ਜਾ ਕਰੂਗਾ, ਕੁਝ ਨਹੀਂ ਕਮਾਵਾਂਗੇ ਕੋਈ ਦਿੱਕਤ ਨਹੀਂ, ਘਰੇ ਕਿਹੜਾ ਕੋਈ ਦੇਣਾ, 10,000 ਮੇਰੇ ਕੋਲ ਵੱਜ ਜਾਂਦੇ, 15,000 ਉਹਨੂੰ ਦੇ ਜਾਂਦਾ। ਪਹਿਲੇ 6 ਮਹੀਨੇ ਤਾਂ ਕੁਝ ਪਤਾ ਹੀ ਨਹੀਂ ਸੀਗਾ ਵੀ ਕਿੱਦਾਂ ਕੀ ਕਰਕੇ ਕਿਵੇਂ ਹੈ, ਪਰ ਉਹ ਪ੍ਰੋਡਕਟ ਜਿਹੜਾ ਪਹਿਲਾ ਜਿਹੜਾ ਲਾਂਚ ਹੋਇਆ, ਫਿਰ ਜਦੋਂ ਪੈਸੇ ਆਏ 1.5-2 ਲੱਖ ਰੁਪਏ ਉਹ ਪ੍ਰੋਡਕਟ ਦੇ ਆਇਆ, ਫਿਰ ਲੱਗਿਆ ਵੀ ਹਾਂ ਹੁਣ 2 ਬੰਦੇ ਰੱਖੇ ਜਾ ਸਕਦੇ, 2, 3, 4 ਕਰਦੇ, ਹੁਣ ਜਿਹੜੀ 12-13 ਬੰਦਿਆਂ ਦੀ ਟੀਮ ਹੈ ਇੱਦਾਂ, ਮਤਲਬ ਰਿਸਕ ਕਦੇ ਨਹੀਂ ਸੀਗਾ, ਪਰ ਜਿਹੜਾ ਹੈ ਵੀ ਛੱਡਿਆ ਨਹੀਂ ਗਾ ਉਹ, ਵੀ ਕਦੇ ਲੋਸ ਹੋ ਰਿਹਾ ਕਦੇ ਪ੍ਰੋਫਿਟ ਹੋ ਰਿਹਾ, ਛੱਡਿਆ ਨਹੀਂ ਵੀ, ਕਦੇ ਤਾਂ ਵੱਡਾ ਹੋਊਗਾ ਹੀ। ਘਰਦਿਆਂ ਨੇ ਕਿੰਨਾ ਕੁ ਜ਼ਿਆਦਾ ਸਪੋਰਟ ਕੀਤਾ, ਕਿ ਇੱਕ ਟਾਈਮ ਆਉਂਦਾ ਕਿ ਨਹੀਂ ਘਰਦੇ ਵੀ ਨਹੀਂ ਸਪੋਰਟ ਕਰਦੇ ਕੁਛ ਇੱਦਾਂ ਦਾ? ਮਤਲਬ ਪੋਜ਼ਿਟਿਵਲੀ ਘਰਦਿਆਂ ਦਾ ਹਮੇਸ਼ਾ, ਮਤਲਬ ਮੇਰੀ ਨੇਚਰ ਇੱਦਾਂ ਦੀ ਰਹੀ ਵੀ ਥੋੜ੍ਹਾ ਜਿੱਦੀ ਜਿਹੇ ਟਾਈਪ ਦਾ, ਵੀ ਕਰਨਾ ਤਾਂ ਕਰਨਾ ਹੀ ਹੈ, ਪਰ ਉੱਤੋਂ ਹਮੇਸ਼ਾ ਕਹਿੰਦੇ ਸੀ ਵੀ ਇਹ ਯਾਰ ਕੀ ਕਰੀ ਜਾਂਦਾ ਤੂੰ, ਰਿਸ਼ਤੇਦਾਰ ਐਂ ਕਹਿੰਦੇ ਆ ਵੀ ਤੂੰ ਲੇਟ ਆਉਂਦਾ, ਤੇਰਾ ਕੋਈ ਟਾਈਮ ਨਹੀਂ ਹੈਗਾ 11-12 ਵਜੇ, ਪਰ ਅੰਦਰੋਂ ਉਹ ਮਤਲਬ ਸਪੋਰਟ ਕਰਦੇ ਸੀ ਸਾਰੇ, ਮਤਲਬ ਮੇਰੀ ਵਾਈਫ ਵੀ, ਮੇਰੇ ਮੰਮਾ ਵੀ, ਮੇਰੇ ਫਾਦਰ ਵੀ, ਸਾਰੇ ਜਿਹੜੇ ਸਪੋਰਟ ਕਰਦੇ, ਮਤਲਬ ਫਾਈਨੈਂਸ਼ੀਅਲੀ ਫਾਦਰ ਸਾਹਿਬ ਨੇ ਵੀ ਜਦੋਂ ਮੈਂ ਵਰਕਸ਼ਾਪ ਕੀਤੀ ਤਾਂ ਉਹਦੇ ਵਿੱਚ ਮੈਨੂੰ ਮਦਦ ਕੀਤੀ ਸੀ, ਅਤੇ ਇਮੋਸ਼ਨਲੀ ਵੀ ਮੇਰੀ ਵਾਈਫ ਜਿਹੜਾ ਸਪੋਰਟ ਕਰਦੀ ਆ, ਹਾਂ ਉੱਤੋਂ ਇਹ ਨਾਰਾਜ਼ਗੀ ਜ਼ਰੂਰ ਰਹਿੰਦੀ ਹੈ ਵੀ ਟਾਈਮ ਜਿਹੜਾ ਨਹੀਂ ਦਿੰਦੇ, ਅਤੇ ਪਰ ਉਹਨੂੰ ਪਤਾ ਹੈ ਵੀ ਮੈਂ ਅਲੱਗ ਕੰਮ ਕਰ ਰਿਹਾ ਵੀ ਬਾਕੀਆਂ ਵਾਂਗੂ ਮੇਰਾ ਜਿਹੜਾ ਨਹੀਂ ਹੈਗਾ ਜੋਬ ਕਰਕੇ ਵੀ ਮੇਰੇ ਆ ਜਾਣੇ ਆ, ਮੇਰਾ ਮਤਲਬ 24 ਆਵਰ ਦਾ ਰਹਿੰਦਾ, ਮਤਲਬ ਵਰਕਸ਼ਾਪ ਤੋਂ ਮੈਂ ਚਲੇ ਵੀ ਜਾਂਦਾ ਤਾਂ ਵੀ ਦਿਮਾਗ 'ਚ ਉਹੀ ਚੀਜ਼ਾਂ ਲੱਗਦੀਆਂ ਵੀ ਕਿਵੇਂ ਡਿਜ਼ਾਇਨ ਹੋਊਗਾ, ਕੀ ਹੋਊਗਾ, ਉਹ ਪ੍ਰੋਬਲਮ ਸੋਲਿਊਸ਼ਨ, ਉਹ ਸਾਰੀ ਚੀਜ਼ਾਂ। ਕਹਿੰਦੇ ਜਦੋਂ ਆਪਾਂ ਉੱਪਰ ਚੜ੍ਹਦੇ ਹਾਂ, ਉੱਪਰ ਤਰੱਕੀ ਕਰਦੇ ਹਾਂ, ਥੱਲੇ ਜਦੋਂ ਚੜ੍ਹਦੇ ਹਾਂ ਬਹੁਤ ਜ਼ਿਆਦਾ ਕਿਸੇ ਦੇ ਤਾਨੇ ਮਾਨੇ ਸੁਣਨੇ ਪੈਂਦੇ, ਬਹੁਤ ਕਮੈਂਟਿੰਗ ਸੁਣਨੀ ਪੈਂਦੇ, ਬਹੁਤ ਜ਼ਿਆਦਾ ਇੱਕ ਵਾਰੀ ਇਹ ਬੰਦਾ ਮਤਲਬ ਟੁੱਟ ਜਾਂਦਾ, ਕੁਛ ਇੱਦਾਂ ਦਾ ਹੋਇਆ ਕਦੇ ਟੁੱਟੇ ਹੋ? ਨਹੀਂ, ਇਹ ਮੈਂ ਜਿਹੜੇ ਸਾਰੇ ਪੈਸ਼ਨ ਨੂੰ ਆਪਣੇ ਫੋਲੋ ਕਰਦੇ ਆ ਨਾ, ਮਤਲਬ ਉਹ 6 ਮਹੀਨੇ ਸਾਲ ਪਹਿਲਾਂ ਉਹਨਾਂ ਨੂੰ ਇਹ ਲੱਗਦਾ ਵੀ ਹਾਂ ਯਾਰ ਵੀ ਇਹ ਸ਼ਾਇਦ, ਕਈ ਵਾਰੀ ਆਪਣੇ 'ਤੇ ਸ਼ੱਕ ਹੋ ਜਾਂਦਾ ਯਾਰ ਵੀ ਮੈਂ ਗਲਤ ਤਾਂ ਨਹੀਂ ਕਰ ਰਿਹਾ, ਪਰ ਤੁਹਾਨੂੰ ਆਪ ਨੂੰ ਪਤਾ ਹੁੰਦਾ ਵੀ ਜਦੋਂ ਵੀ ਕਦੇ ਐਵੇਂ ਮੌਕਾ ਆਵੇ ਨਾ ਵੀ ਹੁਣ ਛੱਡਣ ਦਾ ਮਨ ਕਰ ਰਿਹਾ, ਤਾਂ ਮੇਰੇ ਖਿਆਲ ਨਾਲ ਉਸ ਦਿਨ ਨੂੰ ਸੋਚਣਾ ਚਾਹੀਦਾ ਵੀ ਮੈਂ ਸ਼ੁਰੂ ਕਿਉਂ ਕੀਤਾ ਸੀ। ਮਤਲਬ ਮੇਰੀ ਲਾਈਫ 'ਚ ਵੀ ਕਈ ਵਾਰੀ ਇੱਦਾਂ ਹੋਇਆ ਵੀ ਜਿਹੜੇ ਕਾਰੀਗਰ ਜਿਹੜੇ, ਇੱਕ ਵਾਰੀ ਐਵੇਂ ਸੀਗਾ ਵੀ ਸਾਰੇ ਮਤਲਬ ਆਊਟ ਸਟੇਸ਼ਨ ਵਾਲੇ ਸੀਗੇ, ਤਾਂ ਉਹਨਾਂ ਨੇ ਯੂਨੀਅਨ ਜੀ ਬਣਾ ਕੇ ਸਾਰਿਆਂ ਨੇ ਇਕੱਠੀ ਜਿਹੜੀ ਹੈ ਵੀ ਕੋਈ ਹੋਰ ਜਿਹੜੀ ਕੰਪਨੀ ਇੱਕ ਜੁਆਇਨ ਕਰ ਲਈ, ਤਾਂ ਮੈਨੂੰ ਐਂ ਹੋਇਆ ਯਾਰ ਇਹ ਕੀ ਹੋ ਗਿਆ ਇੱਕਦਮ ਹੀ, ਇੰਨੇ ਸਾਰੇ ਫੋਨਸ ਆਉਣ ਲੱਗ ਗਏ ਕਸਟਮਰ ਦੇ ਵੀ ਸਾਡਾ ਟਾਈਮ ਲੇਟ ਹੋ ਗਿਆ, ਲੇਟ ਹੋ ਗਿਆ। ਫਿਰ ਉਦੋਂ ਸੋਚਿਆ ਵੀ ਮੈਂ ਸ਼ੁਰੂ ਕਿਉਂ ਕੀਤਾ ਸੀ, ਸ਼ੁਰੂ ਤਾਂ ਮੈਂ ਇਕੱਲੇ ਨੇ ਸ਼ੁਰੂ ਕੀਤਾ ਸੀ, ਇਹ ਤਾਂ ਬਾਅਦ 'ਚੋਂ ਆਏ ਸੀ, ਚਲੇ ਗਏ ਕੀ ਫਰਕ ਪੈ ਰਿਹਾ ਦੁਬਾਰਾ ਆ ਜਾਣਗੇ। ਤਾਂ ਉਸੇ ਤਰ੍ਹਾਂ ਫਿਰ ਮੈਂ ਮਸ਼ੀਨਸ ਦੀ ਹੈਲਪ ਲੈਣੀ ਸ਼ੁਰੂ ਕੀਤੀ, ਮਤਲਬ ਹੈਂਡ ਮੇਕਿੰਗ ਥੋੜ੍ਹਾ ਜਿਹਾ ਘੱਟ ਕੀਤਾ, ਮਸ਼ੀਨ ਮੇਕਿੰਗ ਵਧਾਈ, ਤਾਂ ਆਲਮੋਸਟ ਸਾਰੀ ਚੀਜ਼ਾਂ ਦੁਬਾਰਾ ਸਟੇਬਲ ਹੋ ਗਈਆਂ। ਅਤੇ ਕਿੰਨਾ ਰਿਸਕੀ ਰਹਿੰਦਾ ਹੁਣ ਰਹਿੰਦਾ ਕੋਈ ਰਿਸਕੀ, ਜਾਂ ਫਿਰ ਕਈ ਵਾਰ ਇੱਦਾਂ ਹੋਵੇ ਕਿ ਕਸਟਮਰ ਨੇ ਜਾਂ ਕਲਾਇੰਟ ਨੇ ਕੁਝ ਜ਼ਿਆਦਾ ਹੀ ਡਿਫੀਕਲਟ ਜਾਂ ਡਿਜ਼ਾਇਨ ਪਸੰਦ ਕਰ ਲਿਆ ਹੋਵੇ, ਤਾਂ ਉਹਦੇ ਵਿੱਚ ਥੋੜ੍ਹੀ ਜਿਹੀ ਡਿਫੀਕਲਟੀ ਆਈ? ਮਤਲਬ ਮੇਰਾ ਜਿਹੜਾ ਸ਼ੁਰੂ ਕਰਨ ਦਾ ਮਕਸਦ ਹੀ ਇਹੀ ਸੀਗਾ ਵੀ ਹਰ ਵਾਰ ਜਿਹੜਾ ਨਵਾਂ ਕਰਨਾ ਆ, ਤਾਂ ਕਈ ਵਾਰੀ ਚੈਲੇਂਜਿੰਗ ਰਹਿੰਦਾ ਨਾ, ਆਪ ਨੂੰ ਫੀਲ ਹੁੰਦਾ, ਡਰ ਹੁੰਦਾ ਵੀ ਯਾਰ ਇਹਨੂੰ ਜਿਹੜਾ ਆ ਵੀ ਟਾਈਮ ਜ਼ਿਆਦਾ ਦੇਣਾ ਪੈਣਾ, ਇਹਨੂੰ ਧਿਆਨ ਜ਼ਿਆਦਾ ਦੇਣਾ ਪੈਣਾ, ਹਾਈ ਸਪੀਡ ਬਾਈਕਸ ਨੇ 200-200 ਦੀ ਸਪੀਡ 'ਤੇ ਚੱਲਦੀਆਂ ਨੇ, ਤਾਂ ਇਹਦੇ ਵਿੱਚ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ। ਪਰ ਮਤਲਬ ਹੁਣ ਤਾਂ ਐਕਸਪੀਰੀਅੰਸ ਇੰਨਾ ਹੋ ਗਿਆ ਵੀ ਬਣਦੇ ਚੀਜ਼ ਮੈਨੂੰ ਆਪ ਜਿਹੜਾ ਨਾ ਉਹਦਾ ਫੋਰਕਾਸਟ ਦਿਖਣ ਲੱਗ ਜਾਂਦਾ ਵੀ ਇਹ ਇੱਦਾਂ ਕਰ ਰਿਹਾ ਅਤੇ ਇਹ ਜਿਹੜੀ ਰੋਡ 'ਤੇ ਜਾ ਕੇ ਇੱਦਾਂ ਬਿਹੇਵ ਕਰੂਗੀ। ਅਤੇ ਬਾਕੀ ਜਿਹੜੀ ਇਹ ਸੋਲਿਡ ਵਰਕਸ ਐਂਡ ਕੰਪਿਊਟਰ ਸਾਇੰਸ ਜਿਹੜੀਆਂ ਨੇ ਉਹ ਹੈਲਪ ਕਰ ਦਿੰਦੀਆਂ ਨੇ ਵੀ ਕੀ ਮਟੀਰੀਅਲ ਤੁਹਾਨੂੰ ਚਾਹੀਦਾ ਆ, ਲੋਡ ਕਿੰਨਾ ਚਾਹੀਦਾ, ਉਹ ਸਾਰੀ ਚੀਜ਼ਾਂ ਹੁਣ ਕੰਪਿਊਟਰ ਨੇ ਹੈਲਪ ਕਰ ਦਿੰਦੀਆਂ ਨੇ। ਸਰ ਕੋਈ ਮੈਸੇਜ ਦੇਣਾ ਚਾਹੋਗੇ, ਕੁਛ ਕਹਿਣਾ ਚਾਹੋਗੇ? ਮੈਸੇਜ ਮੈਂ ਯੰਗਸਟਰ ਨੂੰ ਜਿਹੜੇ ਸਕੂਲ ਹਜੇ ਜਸਟ ਜਿਨ੍ਹਾਂ ਨੇ ਪਾਸ ਕੀਤਾ ਹੈ ਜਾਂ ਕੁਝ ਕਰ ਰਹੇ ਨੇ, ਗ੍ਰੈਜੂਏਸ਼ਨ ਕਰ ਰਹੇ ਨੇ, ਵੀ ਜਿਹੜਾ ਤੁਹਾਡਾ ਡ੍ਰੀਮ ਇੱਕ ਜਿਹੜਾ ਸੁਪਨਾ ਆ ਵੀ ਉਹਨੂੰ ਜ਼ਰੂਰ ਨਾਲ ਨਾਲ ਆਪਣਾ ਫੋਲੋ ਕਰੋ, ਤਾਂ ਕਿ ਜਦੋਂ ਮਤਲਬ ਬੜਾ ਰਿਊਡ ਜਿਹਾ ਮੈਸੇਜ ਆਏ ਵੀ ਜਦੋਂ ਤੁਸੀਂ ਡੈਥ ਬੈੱਡ 'ਤੇ ਹੋ ਨਾ, ਅਤੇ ਕੋਈ ਤੁਹਾਨੂੰ ਪੁੱਛੇ ਵੀ ਤੁਹਾਡੀ ਲਾਸਟ ਵਿਸ਼ ਕੀ ਹੈ, ਤੁਹਾਡੇ ਕੋਲ ਹੋਣੀ ਨਹੀਂ ਚਾਹੀਦੀ ਲਾਸਟ ਵਿਸ਼, ਤੁਸੀਂ ਕਹੋ ਵੀ ਯਾਰ ਮੈਂ ਪੂਰੀਆਂ ਕਰ ਚੁੱਕਿਆ, ਕੁਝ ਬਚਿਆ ਨਹੀਂ। ਜੀ, ਸੋ
ਬਹੁਤ ਜ਼ਿਆਦਾ ਪਿਆਰਾ ਹੀ ਮੈਸੇਜ ਦਿੱਤਾ ਹੈ, ਕਿਉਂਕਿ ਜੇ ਗੱਲ ਕੀਤੀ ਜਾਵੇ ਸੁਪਨਿਆਂ ਦੀ, ਸੁਪਨੇ ਤਾਂ ਹਰ ਕੋਈ ਦੇਖਦਾ, ਪਰ ਕਿਤੇ ਨਾ ਕਿਤੇ ਉਹ ਸੁਪਨੇ ਜਿਹੜੇ ਪੂਰੇ ਨਹੀਂ ਕਰ ਪਾਉਂਦਾ, ਕਿਤੇ ਨਾ ਕਿਤੇ ਜਿਹੜਾ ਪੈਸਾ ਰੀਜ਼ਨ ਰਹਿ ਜਾਂਦਾ, ਕਈ ਵਾਰੀ ਘਰ ਦੇ ਨਹੀਂ ਸਪੋਰਟ ਕਰਦੇ ਅਤੇ ਕਈ ਵਾਰੀ ਕੋਈ ਹੋਰ ਰੀਜ਼ਨ ਵੀ ਰਹਿ ਜਾਂਦਾ ਹੈ, ਅਤੇ ਆਪਣੇ ਸੁਪਨੇ ਪੂਰੇ ਕਰਨ ਦਾ ਤੁਹਾਨੂੰ ਇੰਨੇ ਕੁ ਜ਼ਿਆਦਾ ਹੱਕ ਹੈ ਜਿੰਨਾ ਕਿ ਤੁਹਾਨੂੰ ਜਿਹੜਾ ਜ਼ਿੰਦਗੀ ਜਿਉਣ ਦਾ। ਵੱਧ ਚੜ੍ਹ ਕੇ ਜਿਹੜਾ ਆਪਣੇ ਸੁਪਨੇ ਜਿਹੜਾ ਪੂਰੇ ਕਰੋ, ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਸ਼ੌਂਕ ਇੱਕ ਇੱਦਾਂ ਦੀ ਚੀਜ਼ ਹੈ ਕਿ ਤੁਸੀਂ ਤੁਹਾਨੂੰ ਜਿਹੜਾ ਇੱਕ ਥੱਲੋਂ ਚੱਕ ਕੇ ਉੱਪਰ ਲੈ ਕੇ ਜਾ ਸਕਦਾ, ਇੱਕ ਜ਼ਮੀਨ ਤੋਂ ਚੱਕ ਕੇ ਜਿਹੜਾ ਤੁਹਾਨੂੰ ਆਪਾਂ ਕਹਿ ਸਕਦੇ ਕਿ ਇੱਕ ਇੱਦਾਂ ਦਾ ਸ਼ਖਸ ਬਣਾ ਸਕਦਾ ਕਿ ਜਿਹੜਾ ਤੁਸੀਂ ਸੁਪਨੇ ਦੇਖ ਰਹੇ ਹੋ ਕਿ ਤੁਹਾਨੂੰ ਮਿਲਣ ਲਈ ਲੋਕ ਤਰਸਣ ਜਾਂ ਤੁਹਾਨੂੰ ਮਿਲਣ ਲਈ ਲੋਕ ਆਉਣ, ਤਾਂ ਇਹੀ ਟਾਈਮ ਹੁੰਦਾ ਆ, ਅਤੇ ਆਪਣੇ ਟਾਈਮ ਨੂੰ ਜਿਹੜਾ ਬਚਾਓ ਅਤੇ ਇਹਦੀ ਜਿਹੜੀ ਵਧੀਆ ਟਾਈਮ ਦੇ ਵਿੱਚ ਜਿਹੜੀ ਵਰਤੋਂ ਕਰੋ, ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਵਿਪਨ ਬੱਸੀ ਨਾਲ।